चक्की के थले एक पखा फिट किया है, पखे के उत्ते अही पोड़ फिट किया है, जो कि जो पोड़ फिट किया और अही पाठशा लाया दाने पाने लिए और कणक पा दें तो उसका दाना पीसता रहा है, पिछों पानी छड़ देता चक्की चल पी है जी। आम चक्की की गल करिए जिहड़ियां बिजली नाल चलदियां वा जां आम लोग ट्रैक्टर नाल चलाउंदे आ उहदे मिस्त्री तां जिहड़े उहदे मकैनिक आ आम ही तौर ते मिल जांदे आ, जे इहनूं ठीक करवाउणा होवे ते तुहानूं किन्नी कु मुश्किल दा सामना। जिहड़ियां आम चक्कियां जिवें आम पिंडां दे विच विखियां बिजली वालियां चक्कियां उहनां 'च ते इहनां दे आटे 'च किन्ना कु फर्क आ की हैगा? ਤੁਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਕਿ ਵੀ ਹਾਲਤ ਬਹੁਤ ਖਸਤਾ ਵਾ, ਕਿਤੇ ਨਾ ਕਿਤੇ ਕੋਈ ਵੱਡੀ ਘਟਨਾ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ? ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਜਗਤਾਰ ਸਿੰਘ ਮਾਲਾ ਇੱਕ ਵਾਰੀ ਫਿਰ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਇਸ ਸਮੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਣੇਵਾਲੀ ਪਹੁੰਚੇ ਹਾਂ। ਤੁਸੀਂ ਮੇਰੇ ਪਿੱਛੇ ਇਮਾਰਤ ਦੇਖ ਰਹੇ ਹੋ, ਇਹ ਪਿੰਡ ਰਾਣੇਵਾਲੀ ਦੇ ਵਿੱਚ ਸਨ 1911 ਦੇ ਵਿੱਚ ਬਣੀ ਆ। ਇਸ ਇਮਾਰਤ ਦੀ ਇਹ ਖਾਸ ਗੱਲ ਹੈ ਕਿ ਇਸ ਇਮਾਰਤ ਦੇ ਅੰਦਰ ਇੱਕ ਪਣਚੱਕੀ ਚੱਲ ਰਹੀ ਹੈ। ਚੱਕੀਆਂ ਤਾਂ ਤੁਸੀਂ ਆਮ ਵੇਖੀਆਂ ਹੋਣਗੀਆਂ, ਇਲੈਕਟ੍ਰੋਨਿਕ ਚੱਕੀ, ਟਰੈਕਟਰਾਂ ਨਾਲ ਚੱਲਣ ਵਾਲੀ ਚੱਕੀ, ਪਰ ਇਹ ਚੱਕੀ ਦੀ ਖਾਸੀਅਤ ਇਹ ਹੈ ਕਿ ਇਸ ਦੇ ਅੰਦਰ ਪਾਣੀ ਨਾਲ ਚੱਲਣ ਵਾਲੀ ਚੱਕੀ ਜਿਹੜੀ ਆ ਉਹ ਮੌਜੂਦ ਹੈ। ਇਸ ਚੱਕੀ ਦੇ ਚਾਲਕ ਜਿਹੜੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਉਸ ਚੱਕੀ ਦੀਆਂ ਤਸਵੀਰਾਂ ਦਿਖਾ ਦੇਵਾਂ ਕਿ ਉਹ ਚੱਕੀ ਕਿਸ ਤਰ੍ਹਾਂ ਚੱਲਦੀ ਹੈ, ਕਿਸ ਤਰ੍ਹਾਂ ਉਸ ਚੱਕੀ ਦੇ ਅੰਦਰ ਆਟਾ ਪੀਸਿਆ ਜਾਂਦਾ ਹੈ। ਉਸ ਚੱਕੀ ਚਾਲਕ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕਿੰਨੇ ਸਮੇਂ ਤੋਂ ਇਸ ਨੂੰ ਚਲਾ ਰਹੇ ਨੇ, ਕੀ ਤਰੀਕਾ ਹੈ ਚਲਾਉਣ ਦਾ। ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਹ ਜਿਹੜੀਆਂ ਇਸ ਚੱਕੀ ਦੀਆਂ ਤਸਵੀਰਾਂ ਦਿਖਾਉਣ, ਕਿਸ ਤਰ੍ਹਾਂ ਜਿਹੜਾ ਇਸ ਦੇ ਅੰਦਰ ਜਿਹੜਾ ਆਟਾ ਜਿਹੜਾ ਉਹ ਪੀਸਿਆ ਜਾਂਦਾ ਆ। ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ, ਤਿੰਨ ਪੜੂਏ ਜਿਹੜੇ ਆ ਇਸ ਦੇ ਅੰਦਰ ਲੱਗੇ ਹੋਏ ਨੇ ਅਤੇ ਇੱਕ ਚੱਕੀ ਚੱਲ ਰਹੀ ਆ ਜਿਸ ਦੇ ਅੰਦਰ ਆਟਾ ਜਿਹੜਾ ਉਹ ਪੀਸਿਆ ਜਾ ਰਿਹਾ ਆ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇਹ ਉਹ ਪਣਚੱਕੀ ਹੈ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਣੇਵਾਲੀ ਵਿੱਚ ਮੌਜੂਦ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਬਹੁਤ ਹੀ ਵਿਸਥਾਰਪੂਰਕ ਦੇ ਨਾਲ ਜਿਹੜਾ ਤਰੀਕੇ ਨਾਲ ਇਸ ਚੱਕੀ ਦਿਖਾਈ ਜਾਵੇ ਕਿ ਉਹ ਚੱਕੀ ਆ ਜਿਸ ਦੇ ਥੱਲੇ ਪਾਣੀ ਦੇ ਪੱਖੇ ਲੱਗੇ ਹੋਏ ਨੇ, ਪੱਖਿਆਂ ਦੇ ਨਾਲ ਜਿਹੜਾ ਉਹ ਪਾਣੀ ਘੁੰਮਦਾ ਆ ਅਤੇ ਉਸ ਦੇ ਨਾਲ ਜਿਹੜਾ ਆ ਚੱਕੀ ਚੱਲਦੀ ਹੈ। ਤੁਸੀਂ ਇਸ ਬਹੁਤ ਹੀ ਪੁਰਾਣੀ ਇਮਾਰਤ ਆ, ਤੁਸੀਂ ਇਹਦੀ ਹਾਲਤ ਵੀ ਵੇਖ ਸਕਦੇ ਹੋ ਕਿ ਹਾਲਤ ਬਹੁਤ ਖਸਤਾ ਹਾਲਤ ਦੇ ਵਿੱਚ ਆ। ਬੁੜੀ ਇਸ ਦੇ ਉੱਪਰ ਲੈਂਟਰ ਪਿਆ ਹੋਇਆ, ਇਹਦੇ ਕਿਤੇ ਨਾ ਕਿਤੇ ਇਹ ਪੂਰੀ ਜਿਹੜੀ ਇਮਾਰਤ ਆ ਟੁੱਟਣ ਵਾਲੀ ਹੈ। ਪਿਛਲੇ ਲੰਮੇ ਸਮੇਂ ਤੋਂ ਜਿਹੜੀ ਇਮਾਰਤ ਬਣੀ ਹੋਈ ਆ, ਪ੍ਰਸ਼ਾਸਨ ਦਾ ਬਿਲਕੁਲ ਇਸ ਵੱਲ ਖਿਆਲ ਨਹੀਂ ਹੈ। ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਮੈਂ ਕੈਮਰਾਮੈਨ ਨੂੰ ਕਹਾਂਗਾ ਜਿਸ ਘਰਾਟ ਦੇ ਨਾਲ ਇਹ ਚੱਲ ਰਹੀ ਆ, ਜਿਸ ਤਰੀਕੇ ਦੇ ਨਾਲ ਚੱਲ ਰਹੀ ਆ, ਉਹ ਪੂਰਾ ਦਿਖਾਇਆ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਥੱਲੇ ਜਿਹੜਾ ਸੀ ਉਹ ਪਾਣੀ ਚੱਲ ਰਿਹਾ ਅਤੇ ਪਾਣੀ ਦੇ ਥੱਲਿਓਂ ਜਿਹੜੇ ਉਹ ਪੱਖੇ ਲੱਗੇ ਹੋਏ ਨੇ ਜਿਸ ਦੇ ਨਾਲ ਜਿਹੜੇ ਇਹ ਚੱਕੀ ਜਿਹੜੀ ਆ ਉਹ ਚੱਲ ਰਹੀ ਆ। ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਪਿਛਲੇ ਲੰਮੇ ਸਮੇਂ ਤੋਂ ਜਿਹੜੀ ਹੈ ਸੰਨ 1911 ਤੋਂ ਜਿਹੜੀ ਸੀ ਇਹ ਚੱਕੀ ਦਾ ਜਿਹੜੀ ਆ ਬਣਾਈ ਗਈ ਸੀ। ਸੋ ਸਾਡੇ ਨਾਲ ਜਿਹੜੇ ਚੱਕੀ ਚਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਸਮੇਂ ਤੋਂ ਜਿਹੜੀ ਇਸ ਚੱਕੀ ਨੂੰ ਚਲਾ ਰਹੇ ਨੇ। ਸਾਡੇ ਨਾਲ ਇਸ ਸਮੇਂ ਚੱਕੀ ਚਾਲਕ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਕਾਈ ਨਿਊਜ਼ ਪੰਜਾਬ 'ਚ ਸਵਾਗਤ ਹੈ ਜੀ। ਧੰਨਵਾਦ ਸਰ। ਕੀ ਨਾਮ ਤੁਹਾਡਾ? ਮੇਰਾ ਨਾਮ ਪਿਆਰਾ ਸਿੰਘ ਜੀ। ਪਿਆਰਾ ਸਿੰਘ ਜੀ, ਇਹ ਚੱਕੀ ਜਿਹੜੀ ਆ ਕਿੰਨੇ ਟਾਈਮ ਤੋਂ ਤੁਸੀਂ ਚਲਾ ਰਹੇ ਹੋ? ਅਸੀਂ ਜੀ 11 ਸਾਲ ਤੋਂ ਇਹ ਚੱਕੀ ਚਲਾਉਂਦੇ ਆਉਂਦੇ ਹਾਂ ਜੀ, ਜੋ ਕਿ ਇਹ ਪਾਣੀ ਦੇ ਨਾਲ ਚੱਕੀ ਆਟਾ ਪੀਸਦੀ ਆ, ਜੋ ਕਿ ਇਹ ਪਿੱਛੋਂ ਅਸੀਂ ਚੱਕੀ ਦੇ ਥੱਲੇ ਇੱਕ ਪੱਖਾ ਫਿੱਟ ਕੀਤਾ ਹੈ, ਪੱਖੇ ਦੇ ਉੱਤੇ ਅਸੀਂ ਪੋੜ ਫਿੱਟ ਕੀਤਾ ਹੈ, ਜੋ ਕਿ ਉਹ ਜਦੋਂ ਪੋੜ ਫਿੱਟ ਕੀਤਾ ਉਹਦੇ ਉੱਤੇ ਅਸੀਂ ਪਾਠਸ਼ਾਲ ਆਇਆ ਦਾਣੇ ਪਾਉਣ ਲਈ, ਉਹਦੇ ਵਿੱਚ ਅਸੀਂ ਕਣਕ ਪਾ ਦਿੰਦੇ ਹਾਂ ਅਤੇ ਉਸਦਾ ਦਾਣਾ ਪੀਸਦਾ ਰਹਿੰਦਾ, ਅਸੀਂ ਪਿੱਛੋਂ ਪਾਣੀ ਛੱਡ ਦੇ ਤਾਂ ਚੱਕੀ ਚੱਲ ਪੈਂਦੀ ਹੈ ਜੀ। 11 ਸਾਲ ਤੋਂ ਇਹ ਚੱਕੀ ਤੁਸੀਂ ਚਲਾ ਰਹੇ ਹੋ ਅਤੇ ਉਸ ਤੋਂ ਪਹਿਲਾਂ ਇਹ ਚੱਕੀ ਕੌਣ ਚਲਾਉਂਦਾ ਸੀ? ਆਪਣੇ ਜੀ ਪਹਿਲਾਂ ਅਮਰਨਾਥ ਜੀ ਘਰਾਟਗਿਆ ਸਾਹਿਬ ਜੀ ਭੁੱਲਰਾਂ ਵਾਲੇ, ਉਹ ਚਲਾਉਂਦੇ ਰਹੇ ਆ। ਉਹ ਮਰ ਜਾਣ ਦੇ ਕਾਰਨ ਫਿਰ 5-6 ਸਾਲ ਚੱਕੀਆਂ ਬੰਦ ਰਹੀਆਂ, ਫਿਰ ਉਸਦੇ ਨਿੱਕੇ ਭਰਾ ਵੀ ਇਹ ਚੱਕੀ ਚਲਾਉਂਦੇ ਰਹੇ ਆ, ਫਿਰ ਉਹਨਾਂ ਕੋਲੋਂ ਵੀ ਜੀ ਸਾਰਾ ਚੱਕੀ ਬੰਦ ਹੀ ਰਹੀ ਹੈ। ਚੱਕੀ ਚੱਲਦੀ ਕਿਸ ਤਰੀਕੇ ਨਾਲ ਪੂਰਾ ਸਾਡੇ ਦਰਸ਼ਕਾਂ ਨੂੰ ਜਿਹੜਾ ਆ ਇਹ ਦੱਸੋ। ਤੁਸੀਂ ਇੱਕ ਪੱਖਾ ਵੀ ਸਾਹਮਣੇ ਪਿਆ ਹੋਇਆ ਵਾ, ਇਹ ਪੱਖੇ ਦੇ ਨਾਲ ਕਿਸ ਤਰੀਕਾ ਚੱਕੀ ਜਿਹੜੀ ਉਹ ਚੱਲਦੀ ਆ? ਇਹ ਸਰ ਇਹ ਪੱਖਾ ਵਾ ਆਪਣਾ, ਕੱਲ੍ਹ ਦਾ ਸਾਡੀ ਇੱਕ ਚੱਕੀ ਦਾ ਟੁੱਟ ਗਿਆ ਸੀ ਜੀ, ਇਹਦੇ ਪੱਖੇ ਵਿੱਚ ਅਸੀਂ ਲੱਕੜ ਦੀ ਲੱਠ ਪਾਈ ਹੈ ਜੀ, ਲੱਕੜ ਦੇ ਵਿੱਚ ਅਸੀਂ ਇੱਕ ਕਿੱਲ ਫਿੱਟ ਕੀਤਾ, ਜੋ ਕਿ ਜਿੱਥੇ ਮਾਨੀ ਪੈਣੀ ਆ, ਮਾਨੀ ਪਾ ਕੇ ਅਸੀਂ ਉਹਨੂੰ ਪੱਖੇ ਨੂੰ ਫਿੱਟ ਕਰਦੇ ਨੇ, ਉਹਦੇ ਉੱਤੇ ਅਸੀਂ ਦੂਜਾ ਪੁੜ ਫਿੱਟ ਕਰਦੇ ਹਾਂ ਉੱਪਰਲਾ, ਜੋ ਕਿ ਥੱਲੇ ਵਾਲਾ ਪੁੜ ਤਾਂ ਫਿਕਸ ਆ, ਉੱਪਰ ਵਾਲਾ ਪੁੜ ਜਿਹੜਾ ਮਾਨੀ ਪਾ ਕੇ ਤੁਹਾਨੂੰ
पानी छड़ी दा तो चल पैंदी है। जे आम चक्किया दी गल करिए जिहड़ियां बिजली नाल चलदियां वा जां आम लोकी ट्रैक्टर नाल चलाउंदे आ उहदे मिस्त्री तां जिहड़े उहदे मकैनिक आ आम ही तौर ते मिल जांदे आ, जे इहनूं ठीक करवाउणा होवे ते तुहानूं किन्नी क मुश्किल दा सामना करना पैंदा? मुश्किल ते बहुत ज्यादा सानूं आउंदी आ। असीं ते पहलों इह चक्की ते मकैनिक लिआईदा सी अलीवाल तों, जो को पहाड़ीए बंदे हुंदे सी, पर उह वी असीं लिआउंदे हां ते साडे कोल तां पूरा कम्म नहीं सैट पैंदा। फिर उन्हें तो ही अं नकल मार के अं आप काम शुरू कर लिया, अं आप ही सारा काम करते हैं। जिमें वेख्या कि अंदर जोड़े है तीन पड़ुए लगे हुए ने उहदे अंदर, कि तिना च कोई फर्क है आटा बनाने कि जां तिना दे विच इक्को ही तरह का आटा पिया जाता? नहीं, तिना का अड्डो अड्डो फर्क होंगे जी। जो चक्किया जड़िया आटे वाली ने एक चक्की वंड वाली है। हाँ जी, तो किन्नी प्रकार का तुम ये अंदर आटा पीते हो? असं जी कणक का आटा पीने, मक्की का आटा पीने, छोलियां का बेसन भी पी दें, मूंगी का आटा भी पी दें जी। जिहड़ियां आम चक्किया जिवें आम पिंडां दे विच वेखियां बिजली वालियां चक्कियां, उहनां च ते इहनां दे आटे च किन्ना क फर्क आ, की हैगा इहनां दा? अपना जी 100% दे विचों 75% इह आटा जिहड़ा वधिया हुंदा। नहीं, फर्क की आटे दे विच की फर्क निकलदा? आटा बिल्कुल ठंडा आटा जी, बिल्कुल ताकतवर आटा है। कोई इहदे विच जिवें आपां उहनूं रूला कर दिंदे आ, छिलका ला दिंदे, उहदे छिलके दे नाल ही सारी जान निकल जांदी आ। इहदे विच अहीं छिलका नहीं लाउंदे, बिल्कुल ही अहीं इहनूं विचे पीस दिंदे। सो गल करांगे इस इमारत की, इमारत की हालत वेखी आ बहुत ही खस्ता हालत आ, जिवें उत्तों भी छत जी बिल्कुल नाजुक हुई आ, थले भी फर्श का डिगण वाला वा। तुसीं जिहड़ी आ इमारत इसका किसी नूं जिहड़ी आ पे किराया पे करदे हो, किवें आ सारा? असीं जी 3500 रुपया महीना है सरकार हुशियारा डिवीजन जमा कराने जी महीने पिछों, जो कि साड़ी यार कि 2 महीने बोली लेट हुई आ, यार कि अं 22 जून नूं अं बोली की आ, इस तीन 3 महीने का रेंट अं पहले दे दिंदे जमा करा दईदा। सो तुसीं प्रशासन के अधिकारियों ने गल नहीं की भी हालत बहुत खस्ता वा, कितना कितना कोई वड्डी घटना होण दा भी खतरा बनिया रहिंदा है? सर साडे कोल इत्थे चीफ साहब ही आए ही, SC साहब आए ही, एक्शन साहब आए आ, SDO साहब आए ही, उन्होंने वेख के तो सारा कुछ करके गया जी, इहनूं अहीं रिपेयर कर दिंदे आ, पर करोना वायरस के कारण यह कम अड़क गया। तो तुहानूं लगदा नहीं है कि दोबारा रिपेयर करन दे नाल जिहड़ी अज्ज विरासती पहली चीज़ बनी आ दोबारा उस तरह की अज्ज दे मकैनिक तैयार कर पाउणगे कि नहीं? सर ये मकैनिक तो चलो जो हैगा सानू साफ नहीं आते, यदि कोई ड्रैंक चाहिए आ, फिर मैं सर ड्रैंक की की लोड़ आ, आप कि ढा के करना चाहिए कोई नक्शा बदलना, मैं जी ड्रैंक तो यदि बनी है आप रिपेयर करनी आ, टीना ला के तो टीना ही पै देनी है, यदि हो रहा तो मकैनिक की अपन की लोड़। जिम्मे तुम भी 3500 रुपया खर्चा, जो आम चक्किया की गल करिए आम बिजली दक्की की गल करिए हज़ारा के हिसाब न बिल आ जाता, इसका कोई होर खर्चा? वह होर खर्चा जी जिमें साढ़े कल का पखा टुट गया, चक्की गल की रुकी हुई है, साढ़े को 2600-2700 का नुकसान हो गया, ये 2600-2700 रुपया ला गया पखा फिट करा बिना। कोई सरकार को चाहिए नहीं इस दे वल ख्याल देना भी जिहड़ियां चक्कियां विरासती चक्कियां ला लो तुसीं बिना जिहड़ियां बीमारियां तो रहत चक्कियां, सरकार को कितना कितने इस चक्की वल ख्याल देना चाहिए? सरकार ने जी ख्याल तो देना चाहिए, जिमें कि आपां सरकार चीफ साहब आए ही, वह भी सरकार दे ही आए, पर इन्हां नूं इही आखिया उन्हां चलो हां तो की आ, पर अजे कोई भी इहदा नहीं आया रिजल्ट। जे आटे की गल करिए भी आटा तुहानू इस लागे के काफ़ी पिंड पैंदे आ, इस पिंड के लोग ही आउंदे आटा पिहाउण वास्ते कि जां होर भी दूरों नेड़े तुहाडे कोल? सर साडे कोल बाहरों भी लोग आउंदे ने, पिंडां दे लोग आउंदे, डेरां दे लोग आउंदे ने, पर जदों इस दी हालत माड़ी वेख के फिर आम ज्यादा लोग जिहड़े भी उह आख दिंदे जी इत्थे ते बहुत खतरे वाली गल आ, इत्थे की लैण जाणा। गल करिए भी आम चक्किया की भियाई जी काफ़ी ज़्यादा होंगी है, तो इस चक्की की जी आटे की भियाई आ कि लोगों को जोड़ा यदा खर्चा लिया जाता है? असं जी 60 रुपए मान लें जी, 1.5 रुपए किलो के हिसाब न, साड़ी कोई कार्ड नहीं हैगी, दूजे चक्किया जोड़े आंट्रॉनिक चक्किया वाले वो तो 2-3 किलो कार्ड भी कटते मन दी, पर असं कार्ड नहीं लेंगे, 1.5 रुपए किलो के हिसाब से भियाई लें। जे उही गल की जाए भी आम चक्किया के नालों खर्चा भी घट आ, लोगों भी कितना कित जी राहत मिल जाती आ, एक जड़िया बीमारिया तो रहत आ, कि सरकार को की बेनती करना चाहोगे? असं सरकार को यह बेनती करा जी, ये बिल्कुल वधिया आटा है, ठंडा आटा है, अपने शरीर वास्ते सेहतमंद आ, कई बीमारियों तो भी छुटकारा मिलता, अभी तो सरकार गड़ी हाथ जोड़ के बेनती करते हैं तो सरकार ये ख्याल करे तो इस रिपेयर कर दी जाए। सो तस्वीर तुम वेख सकते हो इस नहर दिया जिस दे उत्ते ए जड़ी इमारत स्थित आ, जिस दे अंदर ये जड़ी पानी चक्की आ वो चल रही आ। मैं कैमरामैन नूं कहांगा कि लगातार वो तस्वीर दिखाईया जान। ये नहर देख रहे हो ये लाहौर ब्रांच के नाम वजो जानी जाती ए नहर जड़ी पिंड राणे वाली पुल के उत्ते स्थित आ, एक जड़ा इमारत आ जिथे ये पानी चक्की चल रही आ। तस्वीर तुम वेख सकते हो कि ये वो पुल है राणे वाली नहर का जिस के किनारे ते मौजूद है ये पानी चक्की मौजूद आ। सो होर तस्वीर तुम वेख सकते हो भी बिल्कुल नहर के किनारे ते इमारत जिहड़ी आ बिल्कुल नहर के किनारे ते है, पानी के विच इमारत बिल्कुल खड़ी हुई आ।
सो मैं अपने दर्शकों को दिखा देना चाहुंदा कि तुसी देख सकते हो ये चार तरह दी बुरजियां लगी हुई हैं, जिस दे अंदर एक गॉर्डर लगे हुए ने। मैं प्यारा सिंह को पूरी जानकारी लवांगा कि किस तरीके नाल पानी अंदर जा रहा है ते किस तरीके नाल जिहड़ा ये कीता होया है। ये जी असीं एक चक्की चलाउंदे उहदा ही उह फट्टा लाया जी, फट्टे नूं इह संगल ते राड़ दे नाल चुकदे आ ते चक्की चल पैंदी पानी छड्ड दिंदा जी। अजे जे दूजी चक्की इह चलाउणी होवे उसदा इह संगल ते राड़ दे नाल इह संगल चुकदे आ फट्टा, उह चक्की चला दिंदी आ। ਤੀਜੀ ਦਾ ਹੀ ਫਿਰ ਜੇ ਤੀਜੀ ਚੱਕੀ ਚਲਾਉਣੀ ਆ ਉਸ ਦਾ ਵੀ ਅਸੀਂ ਸੰਗਲ ਪਾ ਕੇ ਰਾਡ ਦੇ ਨਾਲ ਚੁੱਕ ਦਿੰਦੇ ਹਾਂ ਅਤੇ ਚੱਕੀ ਚੱਲ ਪੈਂਦੀ ਹੈ। ਪਿਆਰਾ ਸਿੰਘ ਜੀ ਗੱਲ ਕਰੀਏ ਕਿ ਕਿਸੇ ਟਾਈਮ 'ਤੇ ਜਿਹੜੀ ਆ ਨਹਿਰ ਪਿੱਛੋਂ ਸੁੱਕ ਜਾਂਦੀ ਆ, ਪਾਣੀ ਬੰਦ ਹੋ ਜਾਂਦਾ ਆ, ਅਤੇ ਫਿਰ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਲੋਕਾਂ ਨੂੰ ਆਟਾ ਭਿਉਣ ਦੀ, ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ? ਸਾਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜੇ ਨਹਿਰ ਜਦੋਂ ਸੁੱਕ ਜਾਂਦੀ ਆ, ਫਿਰ ਉਹਦੇ ਵਿੱਚ ਸਾਨੂੰ ਆਪਣੇ ਸਮਾਨ ਦਾ ਵੀ ਖਤਰਾ ਹੁੰਦਾ ਵੀ ਕੋਈ ਇੱਧਰ ਕਿਉਂ ਸਮਾਨ ਸਾਡਾ ਕੋਈ ਛੇੜ ਛੂੜ ਨਾ ਲਵੇ, ਕੋਈ ਚੋਰੀ ਚਾਰੀ ਕਰਕੇ ਨਾ ਲੈ ਜਾਵੇ, ਫਿਰ ਉਸ ਵੇਲੇ ਸਾਨੂੰ ਇੱਥੇ ਵੈਸੇ ਹੀ ਇੱਥੇ ਰਹਿਣਾ ਪੈਂਦਾ ਜੀ। ਛੇ ਛੇ ਮਹੀਨੇ ਤੱਕ ਲਗਾਤਾਰ ਹੀ ਉਦੋਂ ਚੱਕੀ ਬੰਦ ਰਹਿੰਦੀ ਹੈ, ਫਿਰ ਤੁਹਾਡੇ ਰੁਜ਼ਗਾਰ ਦਾ ਕਿਵੇਂ ਚੱਲਦਾ ਹੈ ਸਰ? ਸਾਡਾ ਰੁਜ਼ਗਾਰ ਉਸ ਵੇਲੇ ਬੰਦ ਹੋ ਜਾਂਦਾ ਜੀ, ਬਿਲਕੁਲ ਕੰਮ ਬੰਦ ਹੋ ਜਾਂਦਾ, ਪਰ ਵਿੱਚ ਵਿੱਚ ਕਿਤੇ ਕਿਤੇ ਨਹਿਰ ਛੱਡਦੇ ਨੇ ਥੋੜ੍ਹੀ ਬਹੁਤੀ, ਤਾਂ ਉਹਦੇ ਨਾਲ ਫਿਰ ਸਾਡਾ ਮਾੜਾ ਮੋਟਾ ਕੰਮ ਚੱਲ ਜਾਂਦਾ। ਜਿਵੇਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ, ਦੇਖੋ ਤੁਸੀਂ ਵੱਡੀਆਂ ਵੱਡੀਆਂ ਜੀ ਇਮਾਰਤ ਦੇ ਵਿੱਚ ਤੇੜਾ ਆਈਆਂ, ਇਸ ਦੇ ਅੰਦਰ ਰਹਿ ਕੇ ਇਸ ਦੇ ਅੰਦਰ ਕੰਮ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਉਹ ਖਤਰਾ ਮਹਿਸੂਸ ਨਹੀਂ ਹੁੰਦਾ? ਹੁੰਦਾ ਜੀ, ਖਤਰਾ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦਾ। ਇੱਕ ਨਿੱਕੀ ਜਿਹੀ ਗੱਲ, ਜਦੋਂ ਬਾਰਿਸ਼ ਹੀ ਪੈਂਦੀ ਆ ਉਹ ਸਾਡੇ ਸਾਰੇ ਟੀਨਾਂ ਟੁੱਟੀਆਂ ਕਮਰਾ ਚੁੰਦਾ ਜੀ, ਉਸ ਵੇਲੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ, ਪਰ ਸਰਕਾਰ ਦਾ ਕੋਈ ਖਿਆਲ ਨਹੀਂ ਆ, ਪੈਸੇ ਤਾਂ ਸਾਨੂੰ ਪਈ ਜਾਂਦੇ ਨੇ ਅਤੇ ਮੀਂਹ ਆਵੇ ਹਨੇਰੀ ਆਵੇ, ਪਰ ਸਰਕਾਰ ਦਾ ਇੱਥੇ ਖਿਆਲ ਨਹੀਂ ਆ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਕਾਰ ਇੱਧਰ ਨੂੰ ਮਾੜਾ ਖਿਆਲ ਕਰੇ, ਮਾੜਾ ਮੋਟਾ ਸਾਡੇ ਨਾਲ ਆਸਰਾ ਕਰਦੇ, ਕੁਛ ਮੈਂ ਵੀ ਕਰਦਾਂਗਾ। ਸੋ ਮੈਂ ਕੈਮਰਾਮੈਨ ਨੂੰ ਕਹਾਂਗਾ, ਜੋ ਮਕੈਨਿਕ ਨੇ ਉਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਚੱਕੀ ਚਲਾਉਣ ਦਾ ਜਿਹੜਾ ਤਰੀਕਾ ਦੇਖ ਸਕਦੇ ਹੋ ਤੁਸੀਂ, ਪਾਣੀ ਨੂੰ ਜਿਹੜਾ ਆ ਹੁਣ ਬਿਲਕੁਲ ਉਹਨਾਂ ਨੇ ਜਿਹੜਾ ਉੱਥੋਂ ਬੈਲੀਅਰ ਲਾਇਆ ਸੀ ਪਾਣੀ ਦਾ, ਉਹਨੂੰ ਉਠਾ ਦਿੱਤਾ ਗਿਆ, ਅੰਦਰ ਪਾਣੀ ਜਿਹੜਾ ਉਹ ਕਵਰ ਕਰੇਗਾ ਜਿਸ ਦੇ ਨਾਲ ਉਹ ਪੱਖੇ ਚੱਲਣੇ ਸ਼ੁਰੂ ਹੋ ਜਾਣਗੇ। ਸੋ ਇਹ ਸਨ ਤਸਵੀਰਾਂ ਪਿੰਡ ਰਾਣੇਵਾਲੀ ਦੀਆਂ, ਜਿੱਥੇ ਨਹਿਰ ਦੇ ਕਿਨਾਰੇ 'ਤੇ ਇੱਕ ਪਣ ਚੱਕੀ ਮੌਜੂਦ ਹੈ, ਅਤੇ ਤੁਸੀਂ ਆਮ ਹੀ ਚੱਕੀਆਂ ਵੇਖਿਆਂਗੇ, ਪਰ ਇਹ ਚੀਜ਼ ਇੱਕ ਵੱਖਰੀ ਹੀ ਚੱਕੀ ਜਿਹੜੀ ਆ ਤੁਹਾਡੇ ਰੂਬਰੂ ਕੀਤੀ ਆ। ਕਿਸੇ ਹੋਰ ਖਬਰ ਨਾਲ ਤੁਹਾਡੇ ਜਲਦੀ ਹੀ ਰੂਬਰੂ ਹੋਵਾਂਗੇ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ।